ਇਹ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਸੁਲਤਾਨਪੁਰ ਲੋਧੀ ਦੇ ਉੱਪਰ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਜੋ ਟਰੱਕ ਹੈ ਉਹ ਘਰ ਦੇ ਵਿੱਚ ਜਾ ਵੜਿਆ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ, ਦੁਕਾਨ ਹੈ, ਮਕਾਨ ਹੈ ਜਿਸ ਦੇ ਵਿੱਚ ਜਾ ਕੇ ਟਰੱਕ ਵੜਿਆ। ਛੱਤ ਦੇ ਉੱਪਰ ਜਾ ਕੇ ਇਹ ਰੁਕਿਆ। ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਬਰਿੰਦਰਪੁਰ ਦੀ। ਇਹ ਘਟਨਾ ਜਿੱਥੇ ਸੁਲਤਾਨਪੁਰ ਲੋਧੀ ਰੋਡ ਦੇ ਉੱਪਰ ਇਹ ਤੇਜ਼ ਰਫ਼ਤਾਰ ਟਰੱਕ ਅਚਾਨਕ ਆਇਆ ਅਤੇ ਮਕਾਨ ਅਤੇ ਦੁਕਾਨ ਦੇ ਵਿੱਚ ਜਾ ਵੜਿਆ। ਦੁਕਾਨ ਦੀ ਛੱਤ ਦੇ ਉੱਪਰ ਲਟਕਿਆ ਹੋਇਆ ਇਹ ਟਰੱਕ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਸੁਲਤਾਨਪੁਰ ਲੋਧੀ ਰੋਡ ਦੀਆਂ ਇਹ ਤਸਵੀਰਾਂ ਨੇ ਪਿੰਡ ਬਰਿੰਦਰਪੁਰ ਜਿੱਥੇ ਹਾਦਸਾ ਵਾਪਰਿਆ। ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਦੀ ਖਬਰ ਹਾਲੇ ਤੱਕ ਇਹਦੇ ਵਿੱਚ ਨਹੀਂ ਹੈ, ਲੇਕਿਨ ਯਕੀਨਨ ਤੌਰ ਦੇ ਉੱਪਰ ਜੋ ਡਰਾਈਵਰ ਹੈ ਉਹ ਜ਼ਖਮੀ ਜ਼ਰੂਰ ਹੋਇਆ ਹੋਏਗਾ। ਜਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਦੇਖ ਪਾ ਰਹੇ ਹੋ ਕਿ ਕਿਵੇਂ ਜੋ ਹੈ ਮਲਬਾ ਖਿਲਰਿਆ ਹੋਇਆ, ਟਰੱਕ ਦੁਕਾਨ ਅਤੇ ਮਕਾਨ ਦੇ ਵਿੱਚ ਜਾ ਕੇ ਵੜਿਆ। ਕਾਫੀ ਜ਼ਿਆਦਾ ਉਚਾਈ ਦੇ ਉੱਪਰ ਛੱਤ ਤੱਕ ਟੱਕਰ ਮਾਰੀ ਹੈ ਦੁਕਾਨ ਦੀ ਅਤੇ ਇਸ ਤਰੀਕੇ ਨਾਲ ਰਸਤੇ ਦੇ ਵਿੱਚ ਲਟਕਿਆ ਹੋਇਆ ਇਹ ਟਰੱਕ ਨਜ਼ਰ ਆ ਰਿਹਾ। ਦਰਖਤਾਂ ਦੇ ਵਿੱਚ ਫਸਿਆ ਹੋਇਆ, ਗਲੀ ਦੇ ਵਿੱਚ ਲਟਕਿਆ ਹੋਇਆ ਟਰੱਕ ਹੈ। ਰੋਡ ਦੇ ਨਾਲ ਹੀ ਅੰਦਰ ਨੂੰ ਰਸਤਾ ਜਾ ਰਿਹਾ ਸੀ, ਅਚਾਨਕ ਰੋਡ ਤੋਂ ਟਰੱਕ ਸਾਈਡ ਨੂੰ ਹੋਇਆ ਅਤੇ ਇਸ ਤਰੀਕੇ ਨਾਲ ਇਹ ਜੋ ਮਕਾਨ ਅਤੇ ਦੁਕਾਨ ਬਣੇ ਹੋਏ ਨੇ ਇਹਨਾਂ ਦੇ ਵਿੱਚ ਜਾ ਕੇ ਇਹ ਟਰੱਕ ਵੜਿਆ, ਛੱਤ ਤੱਕ ਪਹੁੰਚਿਆ ਹੋਇਆ ਅਤੇ ਰਸਤੇ ਦੇ ਦਰਮਿਆਨ ਲਟਕਿਆ ਹੋਇਆ ਨਜ਼ਰ ਆ ਰਿਹਾ। ਇਹ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਸੁਲਤਾਨਪੁਰ ਲੋਧੀ ਦੇ ਉੱਪਰ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਜੋ ਟਰੱਕ ਹੈ ਉਹ ਘਰ ਦੇ ਵਿੱਚ ਜਾ ਵੜਿਆ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ, ਦੁਕਾਨ ਹੈ, ਮਕਾਨ ਹੈ ਜਿਸ ਦੇ ਵਿੱਚ ਜਾ ਕੇ ਟਰੱਕ ਵੜਿਆ। ਛੱਤ ਦੇ ਉੱਪਰ ਜਾ ਕੇ ਇਹ ਰੁਕਿਆ। ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਬਰਿੰਦਰਪੁਰ ਦੀ। ਇਹ ਘਟਨਾ ਜਿੱਥੇ ਸੁਲਤਾਨਪੁਰ ਲੋਧੀ ਰੋਡ ਦੇ ਉੱਪਰ ਇਹ ਤੇਜ਼ ਰਫ਼ਤਾਰ ਟਰੱਕ ਅਚਾਨਕ ਆਇਆ ਅਤੇ ਮਕਾਨ ਅਤੇ ਦੁਕਾਨ ਦੇ ਵਿੱਚ ਜਾ ਵੜਿਆ। ਦੁਕਾਨ ਦੀ ਛੱਤ ਦੇ ਉੱਪਰ ਲਟਕਿਆ ਹੋਇਆ ਇਹ ਟਰੱਕ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਸੁਲਤਾਨਪੁਰ ਲੋਧੀ ਰੋਡ ਦੀਆਂ ਇਹ ਤਸਵੀਰਾਂ ਨੇ ਪਿੰਡ ਬਰਿੰਦਰਪੁਰ ਜਿੱਥੇ ਹਾਦਸਾ ਵਾਪਰਿਆ। ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਦੀ ਖਬਰ ਹਾਲੇ ਤੱਕ ਇਹਦੇ ਵਿੱਚ ਨਹੀਂ ਹੈ, ਲੇਕਿਨ ਯਕੀਨਨ ਤੌਰ ਦੇ ਉੱਪਰ ਜੋ ਡਰਾਈਵਰ ਹੈ ਉਹ ਜ਼ਖਮੀ ਜ਼ਰੂਰ ਹੋਇਆ ਹੋਏਗਾ। ਜਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਦੇਖ ਪਾ ਰਹੇ ਹੋ ਕਿ ਕਿਵੇਂ ਜੋ ਹੈ ਮਲਬਾ ਖਿਲਰਿਆ ਹੋਇਆ, ਟਰੱਕ ਦੁਕਾਨ ਅਤੇ ਮਕਾਨ ਦੇ ਵਿੱਚ ਜਾ ਕੇ ਵੜਿਆ। ਕਾਫੀ ਜ਼ਿਆਦਾ ਉਚਾਈ ਦੇ ਉੱਪਰ ਛੱਤ ਤੱਕ ਟੱਕਰ ਮਾਰੀ ਹੈ ਦੁਕਾਨ ਦੀ ਅਤੇ ਇਸ ਤਰੀਕੇ ਨਾਲ ਰਸਤੇ ਦੇ ਵਿੱਚ ਲਟਕਿਆ ਹੋਇਆ ਇਹ ਟਰੱਕ ਨਜ਼ਰ ਆ ਰਿਹਾ। ਦਰਖਤਾਂ ਦੇ ਵਿੱਚ ਫਸਿਆ ਹੋਇਆ, ਗਲੀ ਦੇ ਵਿੱਚ ਲਟਕਿਆ ਹੋਇਆ ਟਰੱਕ ਹੈ। ਰੋਡ ਦੇ ਨਾਲ ਹੀ ਅੰਦਰ ਨੂੰ ਰਸਤਾ ਜਾ ਰਿਹਾ ਸੀ, ਅਚਾਨਕ ਰੋਡ ਤੋਂ ਟਰੱਕ ਸਾਈਡ ਨੂੰ ਹੋਇਆ ਅਤੇ ਇਸ ਤਰੀਕੇ ਨਾਲ ਇਹ ਜੋ ਮਕਾਨ ਅਤੇ ਦੁਕਾਨ ਬਣੇ ਹੋਏ ਨੇ ਇਹਨਾਂ ਦੇ ਵਿੱਚ ਜਾ ਕੇ ਇਹ ਟਰੱਕ ਵੜਿਆ। ਛੱਤ ਤੱਕ ਪਹੁੰਚਿਆ ਹੋਇਆ ਅਤੇ ਰਸਤੇ ਦੇ ਦਰਮਿਆਨ ਲਟਕਿਆ ਹੋਇਆ ਨਜ਼ਰ ਆ ਰਿਹਾ।